ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾਛੀਕੇ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਦੋਸਤੋ। ਖੇਮਕਰਨ ਤੋਂ 3 ਕਿਲੋਮੀਟਰ ਦੀ ਦੂਰੀ ਆ, ਰਤੋਂ ਕੇ ਪਿੰਡ ਥੋੜ੍ਹੀ ਦੂਰੀ 'ਤੇ ਆ ਦੋਸਤੋ, ਗਜ਼ਲ ਪਿੰਡ ਵੀ ਥੋੜ੍ਹੀ ਦੂਰੀ 'ਤੇ ਆ। ਜੇਕਰ ਕੋਈ ਵੀਰ ਹਰੀਕੇ ਪੱਤਣ ਤੋਂ ਤੁਸੀਂ ਆ ਰਹੇ ਹੋ ਤਾਂ ਪੱਟੀ ਮੋੜ ਤੋਂ ਵੀ ਦੋਸਤੋ ਤੁਸੀਂ ਇਸ ਪਿੰਡ ਵਿਜਿਟ ਕਰ ਸਕਦੇ ਹੋ। ਚੀਮੇ, ਬਰਵਾਲਾ, ਕੋਟ ਬੁੱਢਾ ਅਤੇ ਤੂਤ ਭੰਗਾਲਾ, ਇਸ ਬਿਲਕੁਲ ਵਾਇਆ ਤੁਸੀਂ ਜਿਹੜਾ ਦੋਸਤੋ ਮਾਛੀਕੇ ਵਿਜਿਟ ਕਰ ਸਕਦੇ ਹੋ। ਜਿਹੜੇ ਵੀਰ ਅੱਗੇ ਭਿੱਖੀ ਮਿੰਟ ਤੋਂ ਜਾਂ ਪੱਟੀ ਮੋੜ ਤੋਂ ਵੀ ਆਉਂਦੇ ਹੋ, ਤੁਸੀਂ ਘਰਿਆਲਾ, ਬਰਨਾਲਾ, ਬਲਟੋਹਾ, ਖੇਮਕਰਨ ਵੀ ਆ ਸਕਦੇ ਹੋ। ਅਤੇ ਖੇਮਕਰਨ ਤੋਂ 3 ਕਿਲੋਮੀਟਰ ਦੀ ਦੂਰੀ ਆ ਦੋਸਤੋ ਪਿੰਡ ਮਾਛੀਕੇ ਦੀ। ਅਤੇ ਰਾਜਪਾਲ ਵੀਰ ਮੇਰੇ ਨਾਲ ਹੋਣਗੇ ਦੋਸਤੋ, ਬਿਲਕੁਲ ਪੂਰੀ ਇਨਫੋਰਮੇਸ਼ਨ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ। ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਬਹਿੜਾਂ ਤਕਰੀਬਨ ਆਪਾਂ ਤੁਹਾਨੂੰ 5 ਨਗ ਬਿਲਕੁਲ ਦਿਖਾਈ ਦੇ ਰਹੇ ਹਾਂ, ਠੀਕ ਆ। ਅਤੇ ਪੂਰੀ ਗੱਲਬਾਤ ਆਪਾਂ ਕਰਨ ਤੋਂ ਬਾਅਦ ਦੋਸਤੋ ਡਿਟੇਲ ਪੂਰੀ ਤੁਹਾਨੂੰ ਮਿਲ ਜਾਊਗੀ ਇਹਨਾਂ ਬਹਿੜਾਂ ਦੇ ਰਿਗਾਰਡਿੰਗ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਮਿਲ ਸਕੇ। ਅੱਜ 5 ਜੂਨ ਨੂੰ ਆਪਾਂ ਦੋਸਤੋ ਇਹ ਵੀਡੀਓ ਬਣਾ ਰਹੇ ਹਾਂ। ਸਮਾਂ ਤੁਸੀਂ ਨੋਟ ਕਰ ਲਓ, ਸ਼ਾਮ ਦੇ 4 ਵਜੇ ਦਾ ਸਮਾਂ ਹੈਗਾ। ਆਓ ਕਰਦੇ ਹਾਂ ਗੱਲਬਾਤ ਵੀਰ ਰਾਜਪਾਲ ਨਾਲ। ਅਤੇ ਸਭ ਤੋਂ ਪਹਿਲਾਂ ਵੀਰ ਰਾਜਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਭਰਾ ਦੇ? ਹਾਂ, ਬਹੁਤ ਠੀਕ ਠਾਕ। ਚਲੋ, ਸ਼ੁਕਰ ਮਾਲਕ ਦਾ। ਅਤੇ ਅੱਜ ਵੀਰ ਰਾਜਪਾਲ, ਨਾਗ ਕਿੰਨੇ ਆ ਪਸ਼ੂ? 5 ਆ ਭਾਜੀ ਅੱਜ ਆਪਣੇ ਕੋਲ। 5 ਪਸ਼ੂ ਆ? ਹਾਂਜੀ ਹਾਂਜੀ। ਅਤੇ ਕੀ ਕੰਡੀਸ਼ਨ ਹੈਗੀ? ਸਾਰੀਆਂ ਸੂਈਆਂ ਸਵਾਈਆਂ? ਨਹੀਂ ਭਾਜੀ, 4 ਗੱਭਣਾ ਅਤੇ 1 ਸੂਈ ਆ ਵਿੱਚ। ਇੱਕ ਅੱਜ ਸੂਈ ਤੜਕੇ ਦੀ। 4 ਗੱਭਣਾ ਜੀ? ਹਾਂਜੀ, 4 ਗੱਭਣਾ। ਮਤਲਬ ਕਿ ਗੱਭਣਾ ਦੀ ਅੱਜ ਗਿਣਤੀ ਜ਼ਿਆਦਾ ਹੈ ਨਾ? ਹਾਂਜੀ, ਗੱਭਣਾ ਦੀ ਗਿਣਤੀ ਜ਼ਿਆਦਾ ਅੱਜ। ਉਹ ਵੀ ਤਿਆਰ ਹੀ ਆ, ਬਾਕੀ 1 ਹੀ ਵਿੱਚ ਕੱਚੀ ਵੈੜ, 3 ਬਿਲਕੁਲ ਤਿਆਰ ਹੈ, ਭਾਵੇਂ ਅੱਜ ਰਾਤ ਨੂੰ ਸੂ ਪੈਣ। ਠੀਕ ਹੈ ਭਰਾ। ਅਤੇ ਹੈ ਭਰੋਸੇਯੋਗ? ਮਤਲਬ ਕਿ ਬਿਲਕੁਲ ਐਨ ਥਣਾ ਥੁਣਾ ਦੀਆਂ ਵੀ ਕਹਿ ਲਈਏ? ਬਿਲਕੁਲ, ਆਪਾਂ ਪੈਸੇ ਲਾ ਕੇ ਲਿਆਂਦੀਆਂ, ਇੱਕਰਾਂ ਤੇ ਆਪਦੀਆਂ ਹੀ ਬਣਾ ਕੇ ਲਿਆਂਦੀਆਂ। ਹੁਣ ਕੀ ਸਾਨੂੰ ਕਿੰਨੇ ਖਰੀਦਣੀਆਂ ਹੁੰਦੀਆਂ, ਇੱਕਰਾਂ ਤੇ ਤਸੱਲੀ ਕਰਕੇ ਲਿਆਈ ਦੀ ਆ, ਹਨਾ, ਵੀ ਗਾਂ ਕੋਈ ਲਾਮਾ ਨਾ ਆਵੇ। ਸਭ ਤੋਂ ਪਹਿਲਾਂ ਚਲੋ ਮਾਲਕ, ਸਭ ਤੋਂ ਪਹਿਲਾਂ ਇੱਕ ਵਿਜ਼ਨ ਹੁੰਦਾ ਵੀ ਯਾਰ ਇਹ ਚੀਜ਼ ਆਪਾਂ ਤਸੱਲੀ ਕੀਤੀ ਤਾਂ ਆਪਣੇ ਘਰੇ ਪਹਿਲਾਂ ਖੁਰਲੀ ਤਾਂ ਆਪਣੇ ਜਾਣੀ ਹੈ। ਹਾਂਜੀ ਹਾਂਜੀ ਹਾਂਜੀ। ਠੀਕ ਆ, ਉਸ ਤੋਂ ਬਾਅਦ ਕਿਸੇ ਨੇ ਤਸੱਲੀ ਕਰਨੀ, ਆਪਦੀ ਖਰੀਦਣੀ ਚਾਹੀਦੀ ਹੈ। ਠੀਕ ਆ, ਠੀਕ ਆ ਬਾਈ ਰਾਜਪਾਲ ਵੀਰੇ, ਇੱਕ ਸਭ ਤੋਂ ਪਹਿਲਾਂ ਆਪਾਂ ਇੱਥੋਂ ਸਟਾਰਟ ਕਰ ਲਈਏ। ਵੱਡੇ ਬਿਲਕੁਲ ਪੱਲੇ ਦੀ ਵੈੜ ਆ, ਕੱਦ ਕਾਠੀ ਵੀ ਵੱਡਾ ਅਤੇ ਹਵਾਨਾ ਵੀ ਵੱਡਾ ਦਿੰਦਾ ਵੱਡਾ। ਬਾਕੀ ਨਾਲ ਤੁਸੀਂ ਦੱਸਿਆ ਸੀ ਵੀ ਦੁੱਧ ਦੀ ਮਿਲਕਿੰਗ ਵੀ ਚੰਗੀ ਆ। ਹਾਂਜੀ ਹਾਂਜੀ ਭਾਈ, ਜੇ ਸੂਬਿਆਂ ਦੇ ਵਿੱਚ ਬਹੁਤ ਵਧੀਆ ਮਿਲਕ ਚਵਾਇਆ। ਹਾਂਜੀ ਹਾਂਜੀ। ਅਤੇ ਕੀ ਇਹਦੀ ਵੀਰ ਜੀ ਬਿਲਕੁਲ ਹੁਣ ਤੱਕ ਦੀ ਹਿਸਟਰੀ ਕੀ ਹੈਗੀ ਇਸ ਵੈੜ ਦੀ? ਹਿਸਟਰੀ ਭਾਜੀ, ਇਹ 40 ਲੀਟਰ ਦੁੱਧ ਦੀ ਗਰੰਟੀ 'ਤੇ ਆਈ ਆ। ਅੱਛਾ ਜੀ। 2 ਟਾਈਮ ਦਾ 40 ਲੀਟਰ ਦੁੱਧ ਦਿੰਦੀ ਆ, 3 ਟਾਈਮ ਇਹਦੀ ਚਵਾਈ ਹੋਣੀ ਆ। ਅੱਛਾ ਜੀ, ਠੀਕ ਆ। ਚੂਣ ਤੋਂ 2 ਦਿਨ ਪਹਿਲਾਂ ਇਹਨੂੰ ਚੋਣਾ ਪੈਣਾ ਹੈ। ਅੱਛਾ ਜੀ। ਇੰਨਾ ਇਹਦਾ ਥੱਲਿਓ ਬਣਨਾ, ਸੂਣ ਤੋਂ 2-3 ਦਿਨ ਪਹਿਲਾਂ ਇਹਨੂੰ ਚੋਣਾ ਪੈਣਾ ਆ। ਵਾਹ ਜੀ ਵਾਹ। ਅੱਛਾ, ਇੰਨੀ ਥੱਲਿਓ ਬਣਦੀ ਹੈ, ਮਤਲਬ ਕਿ ਪੂਰੇ ਥੱਬਿਆਂ ਦੇ ਥੱਬੇ ਜਾਂਦੇ, ਥੱਬੇ ਲੇਟ ਜਾਂਦੀ ਆ ਕੇ ਪੰਡਾ ਪਾ ਲੈਂਦੀ ਹੈ, ਪੰਡਾ ਹੀ ਪਾ ਲੈਂਦੀ, ਇੰਨੀ ਬਣਦੀ। ਅੱਛਾ, ਬਾਕੀ ਦੇਖੋਗੇ, ਇੱਧਰ ਦੇਖੋ ਦੁੱਧ ਵਾਲੀਆਂ ਨਾਸਾਂ ਦੇਖਦੀਆਂ ਨਾੜਾਂ। ਆਹ ਵੇਖੋ ਜੀ, ਆਹ ਤੀਆ ਬਹਾਨੇ ਦੇ ਨਾੜਾਂ, ਦੁੱਧ ਹੀ ਦੁੱਧ ਆ ਸਾਰਾ। ਬਈ ਰਾਜਪਾਲ ਜਾਦਵ ਵੀਰ ਜੀ, ਰਾਜਪਾਲ ਵੀਰ, ਇਹ ਆਏ ਵੀ ਜਿਵੇਂ ਨਾ ਫੁਲਕਾਰੀ ਤੇ ਕਹਿੰਦੇ ਕਢਾਈ ਕੀਤੀ ਹੁੰਦੀ। ਹਾਂਜੀ ਹਾਂਜੀ, ਕਢਾਈ ਕੀਤੀ ਹੁੰਦੀ ਹੈ। ਉਹ ਚੱਕਰ ਹੈ ਨਾ, ਉਹ ਚੱਕਰ ਹੈ। ਲੈ ਵੀ ਬਹੁਤ ਹੀ ਵੈਟ ਚੰਗੀ ਆ ਗਏ, ਜਿੰਨੀ 40 ਲੀਟਰ ਦੀ ਦੋਸਤੋ ਇਹਦੀ ਮਿਲਕਿੰਗ ਜਿਹੜੀ ਆ ਦੂਜੇ ਸੂਬੇ ਦੇ ਵਿੱਚ, ਹੁਣ 3ਜਾ ਸੂਬਾ ਕੀ ਜਾਂ ਦੂਜਾ ਜੀ? ਭਾਜੀ ਸਾਨੂੰ ਉਹਨਾਂ ਦੂਜੇ ਸੂਏ ਕਰਕੇ ਦਿੱਤੀ ਆ, ਚਲੋ 3ਜਾ ਵੀ ਹੋ ਸਕਦੀ ਆ। ਬਿਲਕੁਲ, ਲਿਆਂਦੀ ਅਸੀਂ ਦੂਜੇ ਸੂਏ ਕਰਕੇ, ਮਾਲਕ ਜਿਹਨਾਂ ਤੋਂ ਲਈ ਆ ਉਹਨਾਂ ਦੂਜਾ ਸੂਆ ਹੀ ਦੱਸਿਆ ਆ, ਦੂਜਾ ਸੂਆ ਮੰਨ ਕੇ ਲਿਆਂਦੀ ਆ। ਹਾਂਜੀ, ਮੰਨ ਕੇ ਲਿਆਂਦੀ ਆ, ਪਰ 3ਜੇ ਵੀ ਹੋ ਸਕਦੇ, 3ਜੇ ਵੀ ਹੋ ਸਕਦੀ ਆ, ਵੱਡੇ ਪੱਲੇ ਦੀ ਗਵਾਇੜ ਆ, ਹੁਣ ਅੱਗੋਂ ਕੁਝ ਕਹਿ ਨਹੀਂ ਸਕਦੇ ਆਪਾਂ। ਬਾਕੀ ਆ ਫੇਸ ਕੁਆਲਿਟੀ ਆ ਭਰਾਵੋ, ਠੀਕ ਆ। ਮੂੰਹ ਮੱਥਾ ਤੁਸੀਂ ਵੇਖੋਗੇ ਪੂਰੀ ਯਾਦ ਵਾਲੀ ਆ, ਬੋਧੀ ਵਾਲੀ ਵੈੜ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਵੀ ਵੇਖੋ HF, ਠੀਕ ਹੈ ਜੀ।
ਅਤੇ ਹਾਈਐਸਟ ਮਿਲਕਿੰਗ ਵਾਲੀ ਹੈ ਕਿਉਂਕਿ ਜੇਕਰ 35 ਤੋਂ 40 ਲੀਟਰ ਦੀ ਆਪਾਂ ਦੋਸਤੋ ਗੱਲ ਕਰਦੇ ਹਾਂ ਤਾਂ 3 ਟਾਈਮ ਚੋਣੀ ਪੈਂਦੀ ਹੈ ਬੈਡ ਡੇਅਰੀਆਂ ਦੇ ਸੋਰੀ ਜਿਹੜੇ ਫਾਰਮਾਂ ਦੇ ਵਿੱਚ ਇਹ ਬੈਡਾਂ ਹੁੰਦੀਆਂ ਖਾਸ ਤੌਰ 'ਤੇ। ਠੀਕ ਆ, ਆਹ ਦੇਖੋ ਜਿੱਦਾਂ ਜਿਹੜਾ ਇਹ ਸਾਰਾ ਭਰਨਾ ਹੈ ਜੀ, ਅਜੇ ਇਹਨੇ 4 ਦਿਨ ਬੈਠਣਾ ਹੀ ਲੈ ਜਾਣੇ ਆ। ਬਿਲਕੁਲ, ਆਹ ਇੰਨੀਆਂ ਲਾੜਿਆ ਜਿਹੜੇ ਸਾਰੇ ਭਰ ਜਾਣੇ ਇਹਨੇ। ਆਹ ਦੇਖੋ ਫਿਰ ਹਵਾਨਾ ਓਨਾ ਹੀ ਗਾਂਹ ਨੂੰ ਅਤੇ ਓਨਾ ਹੀ ਪਛਾਣ ਨੂੰ। ਵੀ ਦੋਸਤੋ ਹਵਾਨਾ ਜਿਹੜਾ ਵੀਰਾਂ ਦਾ ਵੀ ਇੰਨਾ ਕੁ ਬਣਾ ਕੇ ਤਿਆਰ ਕਰ ਲੂਗੀ ਵੀ ਜਿਵੇਂ ਆਪਾਂ ਵੇਖਾਂਗੇ ਤਾਂ ਐਂ ਲੱਗੂਗਾ ਵੀ ਯਾਰ ਬੈਠ ਨੂੰ ਲੈ ਕੇ ਜਿਹੜਾ ਪਸ਼ੂ ਤੋਂ ਲੈ ਕੇ ਤੁਰਨਾ ਔਖਾ ਹੋ ਜੂਗਾ। ਠੀਕ ਆ, ਇਸ ਹਿਸਾਬ ਕਿਤਾਬ ਇਸ ਵੰਡ ਦੇ ਵਿੱਚ ਇਸ ਬੈਠ ਨੇ ਜਿਹੜਾ ਲੇਵਾ ਤਿਆਰ ਕਰਨਾ। ਬਾਕੀ ਖੋਲ੍ਹ ਕੇ ਤੋਰ ਕੇ ਤੁਹਾਨੂੰ ਆਪਾਂ ਤਸੱਲੀ ਨਾਲ ਦਿਖਾਉਣੇ ਆ। ਸੂਆ ਤੁਸੀਂ ਦੂਜਾ ਅੰਗ ਕੇ ਲੈ ਕੇ ਜਾ ਸਕਦੇ ਹੋ, ਤੀਜਾ ਸੂਆ ਮੰਨ ਕੇ ਲੈ ਕੇ ਜਾ ਸਕਦੇ ਹੋ। ਫੁੱਲ ਵੱਡੀ ਬੈਠ ਆ ਵੀ ਕੱਦ ਬੁੱਤ ਦੀ ਵੱਡੀ ਨੀਗੀ ਦੋਸਤੋ, ਮਿਲਕਿੰਗ ਵਾਲੇ ਪਾਸਿਓਂ ਵੀ ਚੰਗੀ ਬਿਲਕੁਲ ਜਿਹੜੀ ਅਲੰਕਾਰ ਚੀਜ਼ ਆ। ਅਤੇ ਤਿੱਪਣ ਵੀਰ ਹੁਣ ਤਾਂ ਸ਼ਹਿਦ ਹੀ ਆਉਂਦਾ ਜੇ, ਹਾਂਜੀ ਹਾਂਜੀ ਸ਼ਹਿਦ ਹੀ ਆਉਂਦਾ। ਤੇ ਤਿੱਪ ਕੇ ਮਤਲਬ ਕਿ ਤਿੱਪ ਕੇ ਤਸੱਲੀ ਨਾਲ ਤੁਸੀਂ ਲੈਂਦੇ ਹੋ ਤੇ ਮਤਲਬ ਆਪਾਂ ਤਿੱਪ ਦਾਂਗੇ ਵੀਡੀਓ ਜੀ, ਕੋਈ ਚੱਕਰ ਨਹੀਂ ਹੈਗਾ, ਕੋਈ ਗੱਲ ਨਹੀਂ, ਦਿਖਾਵਾਂਗੇ ਜਰੂਰ, ਦਿਖਾਵਾਂਗੇ ਆਪਾਂ ਜੀ। ਖੋਲ ਕੇ ਦਿਖਾ ਦਈਏ ਪੂਰੀ ਖੋਲੇ ਨੂੰ, ਕੋਈ ਕਰਮਾ ਵਾਲਾ ਵੀਰ ਜਾਂ ਕਰਮਾ ਵਾਲਾ ਘਰ ਹੀ ਹੋਊ ਜਿਹਦੇ ਘਰ ਇੱਡੀ ਬੈਠ ਜਾਊਗੀ, ਕਿਉਂਕਿ ਹਾਰੀ ਸਾਰੀ ਦੇ ਘਰ ਇਹੋ ਜਿਹੀਆਂ ਬੈਠਾਂ ਨਹੀਂ ਬੱਜੀਆਂ ਹੁੰਦੀਆਂ। ਬਿਲਕੁਲ ਹਨਾ, ਕੋਈ ਕਰਮਾ ਵਾਲਾ ਘਰ ਹੀ ਹੁੰਦਾ। ਬਿਲਕੁਲ, ਆਹ ਦੇਖੋ ਦੋਸਤੋ, ਠੀਕ ਆ ਜੀ, ਫੁੱਲ ਵਜਨਦਾਰ ਰਾਜੀ ਬੈਠ ਆ। ਠੀਕ ਆ ਜੀ, ਫੁੱਲ ਵੱਡਾ ਕੱਦ ਕਾਠ ਐਕਸਟਰਾ ਆਰਡਨਰੀ ਆਰਡਰ ਦੀ ਕੁਆਲਿਟੀ ਬਣਾ ਕੇ ਤਿਆਰ ਕਰੂਗੀ। ਆਹ ਦੇਖੋ, ਆਹ ਦੇਖੋ, ਲਓ ਜੀ ਥੋੜ੍ਹਾ ਹੋਰ ਤੋਰ ਦਿਓ, ਤੋਰ ਦਿਓ ਅੱਗੇ, ਆਹ ਲਓ, ਲਓ ਜੀ ਲਓ, ਬਾਕੀ ਸਪੇਸ ਜਿਹੜੀ ਆ ਦੋਸਤੋ ਥਣਾਂ ਦੀ ਆਪਸੀ ਗੈਪ ਹੈਗਾ ਉਹ ਵੀ ਵਧੀਆ। ਠੀਕ ਆ, ਅਗਲੇ ਪਿਛਲੇ ਥਣਾਂ ਦਾ ਗੈਪ ਵੇਖ ਲਈਏ ਤਾਂ ਤਕਰੀਬਨ ਗਿੱਠ ਗਿੱਠ 'ਤੇ ਆਪਾਂ ਕਹਿੰਦੇ ਹਾਂ ਵੀ ਗਿੱਠ ਗਿੱਠ 'ਤੇ ਜਿਹੜੀ ਵੰਡ ਆ। ਆਹ ਦੇਖੋ ਜੀ, ਅੱਛਾ ਬਿਲਕੁਲ ਜੀ ਬਿਲਕੁਲ, ਹਾਈਟ ਵੱਲੋਂ ਤਾਂ ਕਸਰਾਂ ਕੱਢ ਪੂਰੀ ਆ, ਹੈ 6 ਫੁੱਟ ਹਾਈਟ ਆ ਮੇਰੀ, ਬਿਲਕੁਲ ਰਿਕਾਰਡ ਤੋੜ ਚੀਜ਼ ਆ ਦੋਸਤੋ। ਠੀਕ ਆ ਵੀ ਹਰ ਪਾਸੇ ਪੂਰੀ ਆ, ਵੀ ਕਿਸੇ ਪਾਸੇ ਖੁੰਝਿਆ ਨਹੀਂ ਹੈਗਾ ਪਸ਼ੂ, ਇਹ ਤਾਂ ਜ਼ਰੂਰੀ ਗੱਲ ਜਿਹੜੀ ਆ ਦੱਸਣਯੋਗ ਆ। ਅਤੇ ਰਾਜਪਾਲ ਬਾਈ ਕਿੰਨਾ ਕੁ ਮੁੱਲ ਫਿਰ ਕੀ ਲੈਣੇ ਦੇਣੇ ਕਰਦੇ ਪਏ ਅੱਜ? ਮੁੱਲ ਤਾਂ ਭਾਅ ਜੀ ਇਹਦਾ ਜਿੰਨਾ ਮੰਨ ਲਓ 4 ਗਾਈ ਚੋਈਏ ਤਾਂ ਇੰਨਾ ਦੁੱਧ ਹੁੰਦਾ, ਅਤੇ ਤੁਹਾਨੂੰ ਪਤਾ ਵੀ 50-50 ਹਜ਼ਾਰ ਦੀਆਂ 4 ਗਾਈ ਲਈਏ ਅਤੇ 2 ਲੱਖ ਦੀਆਂ ਬਣ ਗਈਆਂ, 2 ਲੱਖ ਦੀਆਂ ਬਣਦੀਆਂ। ਬਿਲਕੁਲ, ਫਿਰ ਚੌਂ ਦਾ ਗੋਹਾ ਵੀ ਸੁੱਟਣਾ, ਚੌਂ ਨੂੰ ਵੰਡ ਪਾਉਣਾ, ਚੌਂ ਨੂੰ ਪੱਠੇ ਪਾਉਣੇ, ਚੋਣਾ ਇਹਨੂੰ ਪਜਾ ਇਕੱਲੀ ਨੂੰ ਹੀ ਸਾਂਭ ਸੰਭਾਲ ਕਰਨੀ। ਬਿਲਕੁਲ, ਇਹਦਾ 95,000 ਰੁਪਇਆ ਆਪਾਂ ਦਿੰਦਾ, 95,000। ਹਾਂਜੀ ਠੀਕ ਹੈ ਜੀ, ਹੋਰ ਮਾਨ ਕਰ ਦਾਂਗੇ 93,000 ਦੀ ਦੇ ਦਾਂਗੇ। ਠੀਕ ਹੈ ਜੀ, ਲਓ ਵੀ ਦੋਸਤੋ 95,000 ਡਿਮਾਂਡ ਆ। ਠੀਕ ਆ, ਅਤੇ 93,000 ਬਾਈ ਉਹਦੇ ਆਪਾਂ ਹੋਰ ਵੀ 1,000 ਛੱਡ ਦਾਂਗੇ। ਠੀਕ ਆ, ਬਾਕੀ ਵੀਰਾਂ ਦਾ ਵੀ ਹੋਰ ਵੀ ਆਪਾਂ ਘੱਟ ਕਰ ਦਾਂਗੇ, 91-92-93 ਇੱਥੇ ਕੁ ਜਿਹੜਾ ਲੈਣ ਦੇਣ ਆ। ਬਾਕੀ ਤੁਸੀਂ ਆਪਦੇ ਹਿਸਾਬ ਨਾਲ ਕੋਈ ਵੀ ਮੁੱਲ ਲਗਾ ਸਕਦੇ ਹੋ, ਉਸ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਤਸੱਲੀ ਨਾਲ ਇੱਥੇ ਆ ਕੇ ਜ਼ਰੂਰ ਦੇਖ ਲਿਓ। ਪੂਰੀ ਫੱਬ ਦੇ ਵਿੱਚ ਆ ਵੱਡੇ ਕੱਦ ਪੁੱਤ ਦੀ ਜਿਹੜੀ ਬੈਠ ਆਪਾਂ ਤੁਹਾਨੂੰ ਦਿਖਾਈ ਆ। ਠੀਕ ਹੈ ਜੀ, ਇਸ ਤੋਂ ਬਾਅਦ ਅੱਗੇ ਆ ਜਾਓ ਬਾਈ ਰਾਜਪਾਲ ਬਾਈ, ਇਸ ਬੈਠ ਦਾ ਕੀ ਸਮਾਚਾਰ ਆ ਜੀ? ਇਹ ਭਾਅ ਜੀ ਬੈਠ ਦੂਜੇ ਸੂਹੇ, ਦੂਜਾ ਸੂਬਾ ਸੋਮਵਾਰੀ ਆ। ਹਾਂਜੀ, ਤੇ 3-4 ਦਿਨ ਲੈਂਦੀ ਆ। ਇਹਦਾ ਵੀ 20-22 ਲੀਟਰ ਦੁੱਧ ਦੀ ਗਰੰਟੀ ਆ। 20-22 ਲੀਟਰ? ਹਾਂਜੀ ਹਾਂਜੀ। ਠੀਕ ਆ ਜੀ, ਦਿਨ 4 ਕਿ ਲੈਜੂਗਾ ਜੀ? ਹਾਂਜੀ 4 ਕਿ 4 ਦਿਨ ਕੱਢ। ਤੇ ਸੂਬਾ ਕਿੰਨਾ ਸੁਣ ਜਾ ਰਿਹਾ? ਦੂਜਾ ਸੂਬਾ। ਠੀਕ ਆ, ਦੂਜਾ ਸੂਬਾ ਦੋਸਤੋ 3-4 ਦਿਨ ਸਮਾਂ ਲੈ ਜੂ,
ਤੇ 20-22 ਲੀਟਰ ਦੀ ਵੀਰਾਂ ਦਾ ਵੀ 20 ਤੋਂ ਪਲੱਸ ਚੱਲਣ ਵਾਲੀ ਵੈਡ ਆ ਇਹ ਵੀ, ਠੀਕ ਆ। ਢਿੱਲਾ ਢੋਲਾ ਹਜੇ ਕਾਫੀ ਆ ਤੇ 4 ਕੁ ਦਿਨ ਦਾ ਸਮਾਂ ਲੈ ਜੂਗੀ, ਠੀਕ ਆ। ਤੇ ਥਣ ਦੇਵਾ ਬਿਲਕੁਲ ਤੁਸੀਂ ਵੇਖੋਗੇ, ਢਲਕਵਾਂ ਥੋੜਾ ਲੇਵਾ ਇਹਨੂੰ, ਢਲਕਵਾਂ ਆਪਾਂ ਕਹਿੰਦੇ ਵੀ ਥੋੜਾ ਲੱਗਾ ਹਨਾ, ਢਿੱਲਾ ਲੇਵਾ। ਆਹ ਦੇਖੋ ਜੀ ਠੀਕ ਆ, ਬਿਲਕੁਲ ਇੱਕ ਰੰਗ ਜਿਹੜੀ ਦੋਸਤੋ ਬਲੈਕ ਇਹ ਬੈਡ ਆ। ਘੁਮਾ ਲਓ ਜੀ, ਘੁਮਾ ਲਓ। ਆਹ ਦੇਖ ਸੋ 4 ਕੁ ਦਿਨ ਜਾਂ 3 ਕੁ ਦਿਨ ਜਿਹੜਾ ਦੋਸਤੋ ਅੱਜ ਭਲਕ ਕੱਲ੍ਹ ਪਰਸੋਂ ਤੱਕ ਜਿਹੜਾ ਸੂਣ ਦੀ ਬਿਲਕੁਲ ਤਿਆਰੀ ਹੈ ਵੀਰ ਜੀ ਦਾ, ਠੀਕ ਆ। ਅਤੇ ਬੈਡ ਬਿਲਕੁਲ ਇੱਕ ਰੰਗ ਜਿਹੜੀ ਦੋਸਤੋ ਬਲੈਕ ਡਾਇਮੰਡ ਹੀ ਕਹਿ ਲਓ ਇਹਨੂੰ ਵੀ, ਹਾਂ ਬਲੈਕ ਡਾਇਮੰਡ ਆ। ਚਵਾਈ ਕਰਾ ਦੂਗੀ 20 ਤੋਂ ਪਲੱਸ ਬਈ, ਠੀਕ ਹੈ ਜੀ। ਅੱਛਾ ਲੈਣ ਦੇਣ ਫਿਰ ਬਾਈ ਰਾਜਪਾਲ ਵੀਰੇ ਕਿੰਨਾ ਕਹਿੰਦਾ ਮੁੱਲ? ਮੁੱਲ ਭਾਅ ਜੀ ਆਪਾਂ ਜਿੰਨਾ ਕੁ ਲੈਣਾ ਹੈ ਉਨੇ ਕੀ ਮੁੱਲ ਪਾਉਣੇ, ਵੀ ਮੇਰੀ ਇੱਕ ਰਿਕੁਐਸਟ ਆ ਕੋਈ ਆਪਾਂ 5-10 ਹਜ਼ਾਰ ਦਾ ਫਰਕ ਰੱਖ ਕੇ ਤੁਹਾਨੂੰ ਮੁੱਲ ਨਹੀਂ ਜੇ ਦੱਸਣ ਦੇ। ਹਾਂਜੀ ਹਾਂਜੀ, ਕਿਸੇ ਵੀ ਗਾਂ ਦਾ ਬਿਲਕੁਲ ਮੁੱਲ ਇਹਦਾ 56,000 ਆ ਤੇ 56,000 ਦੀ ਦੇ ਦਾਂਗੇ। 56 ਦੀ? ਹਾਂਜੀ ਹਾਂਜੀ, ਠੀਕ ਆ। ਡਿਮਾਂਡ 58 ਜੀ? ਹਾਂਜੀ ਠੀਕ ਆ, ਡਿਮਾਂਡ 58 ਦੋਸਤੋ, 56,000 ਖਾਨ ਆ ਹੈਗੀ ਗੱਲਬਾਤ। ਦੂਜੇ ਨੰਬਰ 'ਤੇ ਵੀ ਆਪਾਂ ਤੁਹਾਨੂੰ ਹੋ ਜੂਗਾ, ਠੀਕ ਆ, ਥੋੜ੍ਹਾ ਬਾਤਾ ਵਿੱਚੋਂ ਗੁੰਜਾਇਸ਼ ਆ ਉਹ ਹੋਜੂਗੀ। ਮਾਨਤਾ ਜਿਹੜਾ ਦੋਸਤੋ ਮੌਕੇ ਦਾ ਹੁੰਦਾ, ਅਤੇ ਕਈ ਵਾਰ ਫੋਨ ਤਾਂ ਤੁਸੀਂ ਚਲੋ ਤਾਲਮੇਲ ਆ ਜਿੱਥੇ ਤੱਕ ਬਿਠਾ ਸਕਦੇ ਹੋ, ਬਾਈ ਦੇ ਨਾਲ ਤੁਸੀਂ ਬਿਠਾ ਲਿਓ ਰਾਜਪਾਲ ਦੇ। ਇਹ ਅੱਜ ਹੀ ਸੂਈ ਆ? ਹਾਂਜੀ ਅੱਜ ਸੂਈ ਆ। ਦਿਖਾਈਏ ਮਾੜੀ ਇਹਨੂੰ ਕਰਕੇ, ਫੇਸ ਕੁਆਲਿਟੀ ਮਾੜਾ ਇਹਨੂੰ ਇੱਕ ਦੋ ਇਹਨੂੰ ਜੀ। ਤੀਜੇ ਨੰਬਰ 'ਤੇ ਦੋਸਤੋ ਵੇਰਵਾ ਮੈਂ ਪਾ ਦੇਣਾ, ਤੀਜੇ ਨੰਬਰ 'ਤੇ ਜਿਹੜੀ ਆਪਾਂ ਤੁਹਾਨੂੰ ਇਹ ਬੈਡ ਦਿਖਾ ਰਹੇ ਹਾਂ, ਠੀਕ ਆ ਜੀ, ਅੱਜ ਹੀ ਸੂਈ ਆ ਅਤੇ ਗੱਲਬਾਤ ਆਪਾਂ ਕਰ ਲੈਂਦੇ ਹਾਂ ਵੀਰ ਦੇ ਨਾਲ। ਬਾਕੀ ਆਰਡਰ ਕੁਆਲਿਟੀ ਇਹਦੀ ਵੀ ਕਾਫੀ ਖੂਬਸੂਰਤ ਆ। ਤੇ ਸੂਆ ਰਾਜਪਾਲ ਬਾਈ ਇਹ ਦੂਜਾ? ਹਾਂਜੀ ਹਾਂਜੀ, ਇਹ ਦੂਜਾ ਸੂਆ, ਦੂਜੇ ਹੀ ਨਾ? ਹਾਂਜੀ ਹਾਂਜੀ, ਦੂਜੇ ਸੂਏ ਦੇ ਵਿੱਚ ਬੱਚਾ ਥੱਲੇ ਕੀ ਪਾਇਆ ਨੇ? ਮੇਲ ਆ ਜੀ, ਮੇਲ ਕਾਪ ਵੀਰਾਂ ਦਾ ਵੀ ਚੁੱਪਰ ਹੈ, ਚੁੱਪਰ ਹੈ ਹੈ। ਆਹ ਵੇਖੋ ਜੀ, ਚੁੱਪਰ ਹੈ ਵੀ ਬੜਾ ਸੋਹਣਾ। ਆਹ ਤਾਂ ਵੀ ਜਿਵੇਂ ਨੁਕਰੀ ਘੋੜਾ ਵਛੇਰਾ ਨਹੀਂ ਹੁੰਦਾ ਵਛੇਰਾ, ਉਹ ਸਾਹਿਬ ਕੰਨ ਕਿਵੇਂ ਚੁੱਕਦਾ ਨੁਕਰਾ ਵਿੱਚ। ਅੱਛਾ ਅੱਛਾ, ਲਓ ਵੀ ਦੋਸਤੋ ਠੀਕ ਆ, ਕਰਮਾਂ ਵਾਲੇ ਪਸ਼ੂ ਨੇ, ਚਾਹੇ ਬੱਚੀਆਂ ਆ ਜਾਣ ਚਾਹੇ ਬੱਚੇ ਆ ਜਾਣ। ਤੇ ਆਹ ਜਿਹੜੀ ਦੋਸਤੋ ਬੈਡ ਆ, ਅੱਜ ਮਾਰਨਿੰਗ ਸੂਈ ਸੁਬਾਹ ਕਿੰਨੇ ਕੁ ਵਜੇ? ਸੁਬਾਹ 5 ਵਜੇ ਤੇ ਜੇਰ ਪ੍ਰੋਪਰ ਕਦੋਂ ਤੋਂ ਪਾਉਂਦੇ? ਜੇਰ ਪ੍ਰੋਪਰ ਪਾਤੀ ਆ, ਵੀਡੀਓ ਆਪਾਂ ਬਣਾਈ ਆ, ਠੀਕ ਆ। ਸੋ ਕਿਸੇ ਵੀਰ ਨੇ ਮਤਲਬ ਕਿ ਆਪਾਂ ਦਿਖਾ ਦਾਂਗੇ, ਖਰੀਦਦਾਰ ਵੀਰ ਨੇ ਜਿਹਨੇ ਖਰੀਦਣੀ ਹੋਈ ਉਹਨੂੰ ਜ਼ਰੂਰ ਦਿਖਾ ਦਿਓ। ਤੇ ਆਹ ਦੋਸਤੋ ਹਵਾਨਾ, ਆਹ ਜਿਹੜਾ ਲੇਵਾ ਹੈਗਾ, ਤੇ ਆਹ ਜਿਹੜੀ ਆਰਡਰ ਕੁਆਲਿਟੀ ਆ, ਆਹ ਦੇਖੋ ਠੀਕ ਆ। ਥਣ ਥੁਣ ਜਿਹੜਾ ਦੋਸਤੋ ਪੂਰੀ ਵੰਡਦੇ ਆ, ਅਤੇ ਮੁੱਠੀ ਵਾਲਾ ਥਾਣਾ, ਠੀਕ ਆ, ਹਾਥੀ ਚਵਾਈ ਵਾਲਾ ਥਾਣਾ ਜਿਹੜਾ ਨੋਰਮਲੀ ਦੋਸਤੋ ਇਹ ਨਹੀਂ ਹੈਗਾ ਵੀ ਛੋਟਾ ਜਿਹਾ ਥਾਣ 'ਤੇ ਆਪਾਂ ਕਹਿ ਦਈਏ ਵੀ ਹਾਥੀ ਚਵਾਈ ਵਾਲਾ, ਅਤੇ ਬਿਲਕੁਲ ਮੁੱਠੀ ਵਾਲਾ ਥਾਣਾ ਹਾਥੀ ਚਵਾਈ। ਕੋਈ ਭੈਣ ਕੋਈ ਵੀਰ ਬੜੀ ਈਜ਼ੀਲੀ ਤੁਸੀਂ ਜਿਹੜੀ ਆ ਚਵਾਈ ਆ ਕਰ ਸਕਦੇ ਹੋ। ਆਹ ਦੇਖੋ ਵਧੀਆ ਕੱਦ ਕਾਠ ਆ, ਵੱਡੇ ਕੱਦ ਕਾਠ ਦੇ ਵਿੱਚ ਆ ਦੋਸਤੋ, ਠੀਕ ਆ। ਥਣ ਦੇ ਵੀ ਦੀ ਪੂਰੀ ਸਫਾਈ ਆ, ਵਿੱਥ ਵਿਰਲੇ ਵੀ ਨਹੀਂ ਹੈਗਾ ਕਿ ਮਗਰਲੇ ਥਣ ਜੋੜ ਕੇ ਆ ਅਗਲੇ ਥਣ, ਮਤਲਬ ਹੈ ਨਾ ਬਿਲਕੁਲ ਇੱਕ ਸਾਰ। ਜੇਕਰ ਆਪਾਂ ਵੇਖੀਏ ਨਾ ਇੰਚਾਂ ਦੇ ਵਿੱਚ ਦੋਸਤੋ, ਤਾਂ ਬਿਲਕੁਲ ਸਪੇਸ ਇੱਕੋ ਜਿਹੀ ਹੈਗੀ ਆ ਚੌਂ ਥਣਾਂ ਦੇ ਵਿੱਚ।
ਸੀਗਾ। ਬਹਿਣੀ ਵਾਲੇ ਪਾਸਿਓਂ ਉਲਟ ਬਹਿਣੀ ਵਾਲੇ ਪਾਸਿਓਂ ਤੁਸੀਂ ਹਰ ਪਾਸਿਓਂ ਥਣ ਚੈੱਕ ਕਰੋਗੇ, ਇੱਕ ਸਾਰ ਇੱਕੋ ਜਿਹੀ ਵੰਡ 'ਤੇ ਤੇਰਾ ਥਣ ਦਿੰਦਾ। ਅੱਛਾ ਰਾਜਪਾਲ ਭਾਈ ਕਿੰਨਾ ਕੁ ਮੁੱਲ ਫਿਰ ਇਸ ਬੈਡ ਦਾ? ਇਹਦਾ ਭਾਈ 60,000 ਮੁੱਲ ਆ। ਅੱਛਾ ਜੀ, 58,000 ਦੀ 58 ਦੀ? ਹਾਂਜੀ ਠੀਕ ਆ। ਹਾਂ ਨਾ ਜਿਹੜੀ 58 ਦੀ? ਹਾਂਜੀ ਠੀਕ ਹੈ ਭਰਾ। 58,000 ਦੀ ਭਰਾਵੋ ਜਿਹੜੀ ਇਹ ਬੈਡ ਹੋ ਜੂਗੀ, ਤਾਜ਼ੀ ਸੂਈ ਸਵਾਈ ਆ, ਠੀਕ ਆ। ਬਾਕੀ ਥਾਣ ਦੇਵਾ ਤੁਹਾਨੂੰ ਐਨ ਤਸੱਲੀ ਕਰਾਤੀ ਹੈ, ਬਿਲਕੁਲ ਦਿਖਾਤਾ ਠੀਕ ਹੈ। ਮਾਨਤਾਨ ਕਰਦਾ ਭੈਣ ਭਰਾ ਫੋਨ ਕਰੇ ਨਾ। ਹਾਂਜੀ ਹੋਰ ਵੀ ਮਾਨਤਾਨ ਕਰਦਾ। ਰਾਜਪਾਲ ਭਾਈ ਬਹੁਤੇ ਵੀਰ ਨਾ ਮੈਨੂੰ ਪੁੱਛਦੇ ਆ ਵੀ ਯਾਰ ਵੀਰ ਰੇਟ ਨਾ ਘੱਟ ਕਰਾਇਆ ਕਰ, ਪਰ ਮੈਂ ਇਹਨਾਂ ਨੂੰ ਵੀ ਯਾਰ ਕਈ ਨਾ ਖਰੀਦ ਵੀ ਹੋ ਸਕਦਾ ਵੀ ਕਿਸੇ ਭੈਣ ਭਰਾ ਵਪਾਰੀ ਵੀਰ ਦੀ ਉੱਚੀ ਹੋਵੇ, ਪਰ ਮੇਰਾ ਜਿਹੜਾ ਮੈਂ ਕਹਿ ਦੇਣਾ ਹੁੰਦਾ ਨਾ ਵੀ ਯਾਰ 1000 ਕਰਦੇ 500 ਮੇਰੀ ਆਦਤ ਨਹੀਂ ਹੈਗੀ, ਮੈਂ ਕਹਿਣਾ ਹੁੰਦਾ ਵੀ ਯਾਰ ਜਿੰਨਾ ਕੁ ਭੈਣ ਭਰਾ ਆਪਣਾ ਜਿੰਨਾ ਵੀ ਨਾਲ ਜੁੜੇ ਆ ਜਿੰਨਾ ਕੋ ਚਾਹੁਣ ਵੀ ਯਾਰ ਇੰਨੇ ਕਾਲੀ ਚੀਜ਼ ਸਾਨੂੰ ਲੱਗਦੀ ਹੈ ਭਰਾ, ਵੇਖ ਲਾ ਜੇ ਕੋਈ ਤੈਨੂੰ ਜਲ ਪਾਣੀ ਛੱਡਦੀ ਇੰਨੇ ਦੀ ਸਾਨੂੰ ਦੇ ਦੇ, ਤੇ ਆਪਾਂ ਤਾਂ ਉਹਨਾਂ ਦੇ ਨਾਲ ਹੀ। ਪਤਾ ਕੀ ਆ, ਕਈ ਆਪਣੇ ਵਪਾਰੀ ਭਰਾ ਹੀ ਵਿੱਚ ਇੱਦਾਂ ਕਰਦੇ ਆ ਕਿ ਡੰਗਰ 40 ਦਾ ਲਿਆਂਦਾ ਹੁੰਦਾ ਆ ਤੇ ਰੇਟ 60,000 ਪਾ ਕਰਦੇ ਆ। ਹਾਂਜੀ, ਤੇ ਫਿਰ ਕਹਿਣ ਵਾਲਿਆਂ ਦੇ ਕਹਿਣਾ ਹੀ ਆ ਵੀ ਰੇਟ ਵੱਧ ਪਾਇਆ ਵੱਧ ਪਾਇਆ, ਹਨਾ। ਮੰਨ ਲਓ ਤੁਸੀਂ ਚੀਜ਼ 50,000 ਦੀ ਲਿਆਂਦੀ ਆ, ਰੇਟ 60,000 ਪਾ ਲਓ ਬਿਲਕੁਲ, ਹਨਾ। 2-3,000 ਵਿੱਚ ਮਾਨ ਕਰ ਦਿਓ ਬਿਲਕੁਲ, ਉਹ ਸੌਦਾ ਹੁੰਦਿਆਂ ਹੁੰਦਿਆਂ ਆਪੇ ਚਲੋ ਬਿਲਕੁਲ 52-53 ਤੇ ਹੋ ਜਾਂਦਾ ਆ ਬਿਲਕੁਲ। ਜਦੋਂ ਆਪਾਂ ਮਹਿੰਗੀ ਵੱਧ ਲੈਣੇ ਤੇ ਫਿਰ ਅਗਲਿਆਂ ਨੇ ਕਹਿਣਾ ਹੀ ਆ। ਤੇ ਇੱਕ ਆਪਾਂ ਹੋਰ ਬੇਨਤੀ ਕਰਨੀ ਆ ਵੀਡੀਓ ਆਪਣੀ ਚ, ਇੱਕ ਸੌਦਾ ਕਰਨ ਤੋਂ ਪਹਿਲਾਂ ਆਪਾਂ ਪੈਸੇ ਜਿਹੜੇ ਆ ਔਨਲਾਈਨ ਇੱਥੇ ਪਾਉਣੇ ਆ। ਕਈ ਵੀਰ ਸੌਦਾ ਕਰ ਲੈਂਦੇ ਆ, ਖਪਾ ਘੰਟਾ ਹਰਾ ਹੁੰਦਾ ਰਹਿੰਦਾ ਆ, ਤੇ ਮੁੜ ਕੇ ਕਹਿ ਦਿੰਦੇ ਆ ਡੰਗਰ ਲਾ ਦੇ ਕੇ ਘਰ ਦੋ ਪੈਸੇ ਇੱਥੇ ਆ ਕੇ ਲੈ ਲਿਆ। ਉਹ ਕੰਮ ਮੇਰੀ ਰਿਕੁਐਸਟ ਆ, ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਔਨਲਾਈਨ ਪੈਸੇ ਪਹਿਲਾਂ ਪਵਾ ਕੇ ਫਿਰ ਡੰਗਰ ਆਪਾਂ ਜਦੋਂ ਗੱਡੀ 'ਚ ਲੱਦਿਆ ਉਹ ਵੀਡੀਓ ਵਿਖਾ ਦਾਂਗੇ ਉਹਨਾਂ ਨੂੰ ਤੇ ਵੀ ਆਹ ਤੁਹਾਡਾ ਡੰਗਰ ਲੱਦਿਆ ਗਿਆ ਜੋ ਪੈਸੇ ਪਾ ਦਿਓ। ਬਿਲਕੁਲ ਹਾਂਜੀ। ਬਾਕੀ ਦੋਸਤੋ ਜਿਹੜੀ ਤੁਸੀਂ ਚੀਜ਼ ਔਨਲਾਈਨ ਮੰਗਾਉਣ ਡੇ ਜੇ ਉਹ ਕੋਈ ਇਤਰਾਜ਼ ਵਾਲੀ ਗੱਲ ਨਹੀਂ ਗੀ, ਚੀਜ਼ ਜੇਕਰ ਤੁਸੀਂ ਪੈਸੇ ਪਾ ਵੀ ਦਿੰਦੇ ਹੋ ਜਿਸ ਘਰ ਤੋਂ ਵੀ ਆਪਾਂ ਵੀਡੀਓ ਪਾਉਂਦੇ ਆ, ਤੁਹਾਡੇ ਕੋਲ ਚੀਜ਼ ਵੀ ਬਕਾਇਦਾ ਪਹੁੰਚੂਗੀ ਜਿੰਨੇ ਪੈਸੇ ਪਾਏ ਆ, ਨਾ ਤਾਂ ਤੁਹਾਡੇ ਪੈਸੇ ਮਰਨ ਲੱਗੇ ਆ। ਪਰ ਜਿਹੜੀ ਬਾਈ ਰਾਜਪਾਲ ਇੰਨੀ ਕੁ ਗੱਲ ਵੀ ਜ਼ਰੂਰ ਆ ਵੀਰ ਵੀ ਕਿਸੇ ਨੂੰ ਵੀ ਆਪਾਂ ਇੰਨਾ ਕਹੀਏ ਨਾ ਵੀ ਔਨਲਾਈਨ ਸੌਦਾ, ਉਸ ਤੋਂ ਪਹਿਲਾਂ ਵੀ ਹੈਗੀ ਵੀ ਯਾਰ ਪਹਿਲ ਦਿਓ ਚੀਜ਼ ਨੂੰ ਇੱਥੇ ਅੱਗੇ ਤਸੱਲੀ ਕਰ ਲਾ, ਤਸੱਲੀ ਕਰ ਲਿਆ ਆਪਦੇ ਪੇਮੈਂਟ ਨਾਲ, ਮੇਰੇ ਵੀਰ ਲਾਇਓ ਇੱਥੇ ਤਸੱਲੀ ਕਰ ਲਾ ਨਾਲ, ਲਿਓ ਆਪਦੀ ਗੱਡੀ ਦੇ ਉਧਰੋਂ ਆ ਜਾਓ। ਹਾਂ ਠੀਕ ਹੈ, ਤੇ ਬਹੁਤੇ ਵੀਰੇ ਪੁੱਛ ਲੈਂਦੇ ਬਈ ਰਹਿਣ ਰੂਣ ਦਾ ਕੋਈ ਪ੍ਰਬੰਧ ਹੈਗਾ? ਸਭ ਕੁਝ ਰੋਟੀ ਪਾਣੀ ਸਭ ਕੁਝ ਮਿਲੂ ਇੱਥੇ, ਬਸ ਬਸ ਦੂਰੋਂ ਨੇੜੇ ਆਪਦੀ ਦੋ ਡੰਗ ਚਵਾਈ ਕਰੋ, ਪੇਮੈਂਟ ਕਰਕੇ ਆਪਦਾ ਕਿੱਲੇ ਤੇ ਖੋਲ ਕੇ ਪਸੂ ਲੈ ਜਾਓ। ਹਾਂਜੀ ਸਭ ਤੋਂ ਵੱਡੀ ਤਾਂ ਗੱਲ ਇਹ ਆ ਬਈ। ਹਾਂਜੀ ਸਭ ਤੋਂ ਵੱਡੀ। ਹਾਂਜੀ ਰਾਜਪਾਲ ਬਾਈ ਆ ਜਾਓ, ਆ ਜਾ ਕੇ ਫਿਰ ਆਪਾਂ ਵੀਡੀਓ ਦੇ ਉੱਤੇ ਆਪਣੇ ਵਿਹੜਾ ਦੇ ਅਗਲੀ ਜਿਹੜੇ ਚੌਥੇ ਨੰਬਰ ਤੇ ਆਪਣੇ ਕੋਲ ਇਹ ਵਿਹੜਾ ਗਈ ਹੈ ਜੀ। ਹਾਂਜੀ ਹਾਂਜੀ ਠੀਕ ਆ। ਤੇ ਦੂਜੇ ਸੂਬੇ ਆ ਬੈਠ ਭਾਈ, ਦੂਜੇ ਸੂਬੇ ਆ, ਦਿਨ ਹਜੇ ਲਜਾਂਦੀ ਹੈ ਵੀ ਦਿਨ ਭਾਜੀ ਨੇ 4 ਲੈ ਜਾਏ, 4 ਕ ਦਿਨ ਲੈ ਜੂਗੀ ਠੀਕ ਆ। ਇੰਨੇ ਬਰਨਾ ਉਹ ਵੱਡੀ ਗਾਂ ਜਿੰਨਾ, ਹਾਂ ਬਈ ਨਿਗਰ ਥੱਲੇ ਬਣਾਉਂਦੀ ਹੈ, ਬਿਲਕੁਲ ਨਿਗਰ ਲੇਵਾ ਦੋਸਤੋ ਬਣਾਉਗੀ ਆਪ ਵੀ, ਪਾਵੇ ਜਿੱਦਾਂ ਹੁੰਦੇ ਚਾਰੇ ਇਦਾਂ ਦੇ ਥਣ ਨਿਕਲ, ਪੀੜੀ ਦੇ ਪਾਵੇ ਵਾਂਗੂ, ਪੀੜੀ ਦੇ ਪਾਵੇ ਵਾਂਗੂ ਇਦਾਂ ਥਣ ਕੁੜੀ ਆ ਵੀ ਬਣਦੀ ਹੈ। ਲੋ ਵੀ ਠੀਕ, ਆਹ ਦੇਖੋ ਦੋਸਤੋ ਆ ਸਾਰੇ ਲਾੜਾ ਭਰਨੇ ਹੈਗੇ ਨੇ। ਇਹ ਵੈੜ ਆਪਾਂ ਘਰੇ ਚੋਈ ਹੋਈ ਪਿਛਲਾ ਸੂਆ, ਪਿਛਲਾ ਸੂਆ। ਹਾਂਜੀ, ਤੇ ਕਿੰਨਾ ਕੁ ਦੁੱਧ? ਫੁੱਲ ਗਾਰੰਟੀ ਦੇ ਸਕਦੇ। ਕਿੰਨਾ ਦੁੱਧ ਬਾਈ ਚੋਇਆ? 15-16 ਲੀਟਰ ਦਾ ਦੁੱਧ ਅਸੀਂ ਚੋਂਦੇ ਰਹੇ ਆ ਆਪਦੇ ਹੱਥੀ। ਅੱਛਾ ਜੀ, ਪਿਛਲਾ ਸੂਆ ਸਾਰਾ ਅਸੀਂ ਚੋਈ ਆ। ਬਿਲਕੁਲ, ਜਦੋਂ ਤੋਕੜੋ ਗਈ ਉਦੋਂ ਕਿਸੇ ਨੂੰ ਦੇਤੀ ਸੀ ਇੱਥੇ ਰੱਤੋ ਕੇ ਲੱਗੇ। ਹਾਂਜੀ, ਤੇ ਹੁਣ ਫੇਰ ਲੈ ਆਉਂਦੀ ਹੈ। ਠੀਕ ਆ ਭਰਾ ਜੀ। ਹਾਂਜੀ, ਤੇ ਦੂਜਾ ਸੂਆ ਹੁਣ ਕਿ ਤੀਜਾ? ਨਹੀਂ ਨਹੀਂ ਦੂਜਾ, ਹੁਣ ਦੂਜਾ ਸੂਆ ਦਿਖਾਈਏ ਖੋਲ ਕੇ, ਨਾਲੇ ਫੇਸ ਕੁਆਲਿਟੀ ਦਿਖਾਈਏ ਆਪਾਂ ਜੀ।
ਸਿੰਘ ਹੈਗੇ ਆ ਨਾ ਜੀ, ਨਹੀਂ ਉਹ ਤਾਂ ਸਗੋਂ ਹੋਰ ਨਜ਼ਾਰਾ ਆਉਂਦਾ ਬੰਦਾ ਢੁੱਡ ਜੀ ਮਾਰਦੀ ਜਦੋਂ ਵੀ ਇਹ ਮੁੜੇ ਹੋਇਆ ਪਿੱਛੇ ਨੂੰ ਲਓ ਵੀ ਦੋਸਤੋ ਚੱਪੇ ਸਿੰਘ ਨਾਂ ਕਹਿੰਦਾ ਵੀਰ ਇਹਦਾ ਵੀ ਚੱਪੇ ਸਿੰਘ ਆ, ਠੀਕ ਆ, ਠੰਡੀ ਧੀਰੀ ਆ ਅਤੇ ਵੈਸੇ ਇਹਨੇ ਕੀ ਦੋਸਤੋ ਆਖਣਾ, ਵੈਸੇ ਗਰੇ ਕਲਰ ਦੇ ਵਿੱਚ ਆ, ਬਿਲਕੁਲ ਸੁਰਮੇ ਰੰਗਾ ਜਿਹਾ ਰੰਗ ਆਪਾਂ ਕਹਿ ਦਿੰਦੇ ਪੰਜਾਬੀ 'ਚ, ਅਤੇ ਗਰੇ ਕਲਰ ਆ, ਠੀਕ ਆ, ਅਤੇ 15-16 ਲੀਟਰ ਦੀ ਵੀਰ ਰਾਜਪਾਲ ਦੇ ਕੋਲ ਚੁਬਾਈ ਕਰਾਈ ਆ ਪਹਿਲੇ ਸੂਬੇ ਦੇ ਦੌਰਾਨ, ਠੀਕ ਆ। ਹੁਣ ਦੂਜਾ ਸੂਬਾ ਜਿਹੜਾ ਸੈਕਿੰਡ ਟਾਈਮਰ ਇਸ ਬੈਡ ਨੇ ਸੁਣਾ, ਆਰਡਰ ਕੁਆਲਿਟੀ ਤੁਸੀਂ ਵੇਖ ਲਓ, ਠੀਕ ਆ ਜੀ। ਥਾਣ ਥੂਣ ਜਿਹੜੇ ਆ ਬਿਲਕੁਲ ਐਨ ਘੜ ਕੇ ਲੱਗੇ ਆ, ਮੁੱਠੀ ਦਾ ਥਾਣਾ, ਬਾਕੀ ਮੂੰਹ ਮੱਥੇ ਦੀ ਚੰਗੀ ਆ, ਠੰਡੀ ਧੀਰੀ ਆ, ਚਾਲ ਚੱਲਣ ਵੀ ਜਿਹੜਾ ਦੋਸਤੋ ਬਿਲਕੁਲ ਠੰਡਾ, ਅਤੇ ਉਮੀਦ ਕਰਦੇ ਹਾਂ ਵੀ ਇਹੋ ਜਿਹੇ ਪਸ਼ੂ ਤੋਂ ਆਪਾਂ ਬਿਲਕੁਲ ਬਿਨ ਵੰਗੇ ਤੋਂ ਜਿਹੜੇ ਪਸ਼ੂ ਚਬਾਈ ਕਰਾਉਂਦੇ ਆ ਉਸ ਕੈਟਾਗਰੀ ਦੇ ਵਿੱਚ ਤੁਸੀਂ ਇਸ ਵੈੜ ਨੂੰ ਮੰਨ ਕੇ ਸੌਦਾ ਕਰ ਸਕਦੇ ਹੋ। ਬਾਕੀ ਦੁੱਧ ਜਿਹੜਾ ਦੋਸਤੋ ਹਰ ਵਾਰ ਆਪਾਂ ਕਹਿੰਦੇ ਵੀ ਦੁੱਧ ਸੇਵਾ ਦਾ, ਕੋਈ ਵੀਰ ਵੱਧ ਕਰ ਲਊਗਾ, ਹੋ ਸਕਦਾ ਵੀ ਤੁਸੀਂ ਜਿੰਨੀ ਕੁ ਉਮੀਦ ਕਰਦੇ ਆ ਉਸ ਤੋਂ ਵੱਧ ਜਿਹੜੀ ਚਬਾਈ ਕਰ ਲਓ, ਠੀਕ ਆ। ਅਤੇ ਕਈ ਵਾਰ ਦੋਸਤੋ ਮੈਨਸ ਵਾਲੇ ਪਾਸੇ ਵੀ ਦੁੱਧ ਚਲਾ ਜਾਂਦਾ, ਜੇਕਰ ਉੱਪਰੋਂ ਜਿਹਨੂੰ ਆਪਾਂ ਸਾਈਂ ਕਹਿ ਦਈਏ ਵੀ ਥੋੜ੍ਹੇ ਬਹੁਤੇ ਘੱਟ ਸੇਵਾ ਵਾਲਾ ਹੋਵੇ, ਉਹ ਦੁੱਧ ਕਿਤੇ ਨਾ ਕਿਤੇ ਪਸ਼ੂ ਉਹਨਾਂ ਨਹੀਂ ਮੇਨਟੇਨ ਕਰਦਾ ਪਹਿਲੇ ਸੂਬੇ ਦੇ ਵਰਗਾ। ਸੋ ਸੇਵਾ ਦੇ ਨਾਲ ਜਿਹੜਾ ਦੋਸਤੋ ਸਭ ਕੁਛ ਆ। ਅਤੇ ਰਾਜਪਾਲ ਬਾਈ ਲੈਣ ਦੇਣੇ ਦਾ ਫਿਰ ਕੀ ਕਰਦਾ? ਮੰਗਦੇ ਭਾਅ ਜੀ ਤਾਂ 35,000 ਆ, 35,000 ਦੀ ਦੇ ਦਾਂਗੇ, 35 ਦੀ, ਠੀਕ ਹੈ ਭਰਾ। ਹਾਂ ਨਾਲ ਹੀ ਆ, ਜੇ ਕੋਈ ਭੈਣ ਭਰਾ ਫੋਨ ਕਰੇ ਹੋਰ ਵੀ ਯਾਦ ਕਰ ਦਾਂਗੇ। 35, ਹਾਂ ਨਾ ਕੋਈ ਹੋ ਜੂ ਥੋੜੀ ਬਾਤੀ, ਕੋਈ ਗੱਲ ਨਹੀਂ, 34 ਦੀ ਦੇ ਦਾਂਗੇ, 34 ਦੀ ਹੋ ਜੂ, ਆਪਣੇ ਆਪਦੀ ਵੈੜ ਖਾਦੀ ਆ। ਲਓ ਵੀ ਭਰਾਵੋ, ਕੋਈ ਚੱਕਰ ਨਹੀਂ, 34,000 ਦੀ ਹੋ ਜੂਗੀ। ਤੇ ਤਿਪ ਕੇ ਤੁਸੀਂ ਤਸੱਲੀ ਕਰ ਲਿਓ, ਬਾਕੀ ਬੈਕ ਸਾਈਡ ਤੋਂ ਜੇਕਰ ਵੇਖੀਏ ਤਾਂ ਪੱਧਰ ਲੇਵਾ ਖਾਲਾ ਹੈਗਾ, ਕਿਸੇ ਗੱਲੋਂ ਕੋਈ ਭਾਜੀ ਸ਼ੱਕ ਨਹੀਂ ਹੈਗਾ, ਕੋਈ ਫੁੱਲ ਗਰੰਟੀ ਨਹੀਂ ਦੇ ਰਹੀ ਆ ਕਿਦਾਂ। ਵੀ ਇੱਕ ਤਾਂ ਬਈ ਰਾਜਪਾਲ ਸਿੰਘ ਐ ਹੁੰਦੀ ਗੱਲ ਵੀ ਥੋੜਾ ਡਰਦੇ ਹੱਥ ਲਾਈਦਾ, ਪਸ਼ੂ ਹਿੱਲਣਾ ਜਾਵੇ, ਹਿੱਲਣਾ ਜਾਵੇ, ਇਹ ਜਿਹਨੂੰ ਕੋਈ ਵੀ ਸਾਨੂੰ ਡਰ, ਬਿਲਕੁਲ ਇਹ ਨਹੀਂ, ਵੇਖੋ ਗੋਆ ਕਿਤੇ ਲੱਗਾ ਹੈ, ਬਿਲਕੁਲ ਮੈਂ ਨਾ ਬਿਲਕੁਲ ਜੀ ਨਾ। ਇੱਕ ਹੁੰਦਾ ਵੀ ਨੋਰਮਲ ਡਿੱਗ ਤੋਂ ਧਵਾ ਕੇ ਤੇ ਉੱਥੇ ਵੀ ਕਸਰ ਰਹਿ ਜਾਂਦੀ ਹੈ ਗੱਡੀ ਨੂੰ ਨਾ, ਚੰਬੜਿਆ ਰਹਿੰਦਾ ਗੋਆ ਕੋਈ, ਹੈ ਨਾ। ਇੱਕ ਹੁੰਦਾ ਏਜੰਸੀ ਚੋਂ, ਇਹਨੂੰ ਨਹੀਂ ਚੰਬੜਿਆ ਰਹਿੰਦਾ, ਆਹ ਲਓ ਜੀ, ਇਹਨੂੰ ਜਿੱਥੇ ਮਰਜ਼ੀ ਹੱਥ ਫੇਰੀ ਜਾਓ, ਇਹਨੂੰ ਕੋਈ ਪਰਵਾਹ ਨਹੀਂ ਹੈ ਜੀ। ਆਹ ਦੇਖੋ ਜੀ, ਇਹ ਸੀਵਲ ਸਲਾਹ ਪਸ਼ੂ ਆ ਦੋਸਤੋ, ਮੁੱਖ ਦੀ ਗੱਲ ਜਿਹੜੀ ਇਹ ਆ, ਅਤੇ ਰੇਟ 35 ਆ, 35 ਦੇ ਵਿੱਚੋਂ ਜਿਹੜਾ ਸਿੱਧਾ ਹੀ ਵੀਰਾਂ ਦਾ 1,000 ਡਾ ਦਾਂਗੇ, 34,000 ਹਾਂ ਨਾ, ਠੀਕ ਆ। ਇਸ ਤੋਂ ਬਾਅਦ ਇਹਨੀ ਕਹਿਣ ਦੀ ਗੱਲ ਨਹੀਂ ਕਿ ਇਹਦਾ ਦੁੱਧ ਅਸੀਂ ਚੋਇਆ ਹੈ 15 ਲੀਟਰ, ਬਿਲਕੁਲ ਕੋਈ ਵੀ ਭੈਣ ਭਰਾ ਆਪਣੇ ਤੋਂ ਭਾਵੇਂ 4 ਬੰਦੇ ਲਿਖਾ ਲਏ, ਆਪਾਂ ਗਰੰਟੀ ਦੇਵਾਂਗੇ ਦੀ 15 ਲੀਟਰ ਦੀ, ਬਾਕੀ ਸੇਵਾ ਕਰਕੇ, ਇਹ ਨਹੀਂ ਵੀ ਭੁੱਖੀ ਬੰਨ ਕੇ। ਮੈਂ ਅੱਗੇ ਬਈ ਕਹਿਤਾ ਹੀ ਗੱਲ, ਹਾਂਜੀ ਵੀ ਯਾਰ ਸੇਵਾ ਹੈ, ਕਿਸੇ ਦੀ ਵੱਧ ਹੋਈ ਤਾਂ ਸ਼ਾਇਦ 15-16-17-18 ਵੀ ਜਾਂਦਾ, ਉਹ ਵੱਧ ਵੀ ਸਕਦਾ ਹੈ ਕਿ ਆਪਾਂ ਜਿੰਨਾ ਚੋਇਆ ਹੈ ਆਪਾਂ ਉਹਦੀ ਗਰੰਟੀ ਦੇਵਾਂਗੇ। ਬਸ ਬਸ ਜੀ, ਤੇ ਰਾਜਪਾਲ ਬਾਈ ਆ ਜਾਓ ਅੱਗੇ, ਇੱਕ ਲਾਸਟ ਦੇ ਵਿੱਚ ਆਪਣੇ ਕੋਲ ਜਿਹੜੀ ਇਹ ਆ ਗਈ ਬੈਡ, ਹੈ ਨਾ, ਹਾਂਜੀ ਹਾਂਜੀ, ਠੀਕ ਆ। ਤੇ ਇਹ ਹਜੇ ਕੱਚੀ, ਮੈਨੂੰ ਤਾਂ ਜਾਪ ਦੀ ਇਹ ਭਾਜੀ 8 ਦਿਨ ਲੱਗ ਜਾਣਗੇ ਜੀ, 8 ਦਿਨ ਉਹਦੇ ਆਪੇ ਪੋਲੀ ਹੋਈ, ਪੁੜੇ ਪੜੇ ਦੋੜੇ ਆ, ਉਹਦੇ ਤੇ ਸੂਣ ਲੱਗਿਆ 2-3 ਦਿਨ ਪਹਿਲੇ ਬੰਦੀ, ਲਓ ਜੀ ਠੰਡੀ ਦੀ ਰੀ ਵੀ ਬੜੀ ਹੈ, ਲਓ ਵੀ ਪ੍ਰੋਪਰ ਜਿੱਥੇ ਹੱਥ ਫੇਰਦੀ ਉੱਥੇ ਚੌੜੀ ਹੋ ਜਾਂਦੀ ਹੈ। ਲਓ ਵੀ ਸੀਲ ਸਲਾਗੇ ਵੀ ਬੈਠ, ਸੀਲ ਸਲਾਗਾ ਤੇ ਸੂਬਾ, ਸੂਬਾ ਭਾਜੀ ਵੀ ਦੂਜਾ, ਦੂਜੇ ਸੂਬੇ 'ਚ, ਹਾਂਜੀ ਦੇਣ ਵੀ ਲੈ ਜਾਓ, ਮੈਨੂੰ ਤਾਂ ਦਸ ਕੁ ਦਿਨ ਤੋਂ ਉੱਪਰ ਥੋੜ੍ਹੇ ਲੈ ਜਾਓ, ਤੇ ਭਾਜੀ ਉੱਤੋਂ ਆਵੇ ਬੋਲੀ ਹੋਈ ਆ ਕੁੜੇ ਪੜੇ ਨੇ ਸੁੱਖ ਝੇਲ ਤੋਂ, ਇਹ ਉਹ ਘਰ ਵਾਲੇ ਮਤਲਬ ਹੁਣ ਜਿਵੇਂ 2-3 ਦਿਨਾਂ 'ਚ ਹੀ ਬਣ ਜਾਂਦੀ ਹੈ, ਉਹ ਨੇੜੇ ਜਿਹਾ ਬਣੀ 2-4 ਦਿਨਾਂ 'ਚ ਇਹਨੇ ਬਣ ਜਾਂਦਾ, 2-4 ਜਾਣੀ ਕਿ ਆਪਾਂ 8 ਦਿਨਾਂ ਦਾ ਹਿਸਾਬ ਰੱਖੀਏ, ਅੱਜ ਦੇਵਾਰ ਤੱਕ ਸੂਬ ਪਊਗੀ, ਠੀਕ ਆ ਠੀਕ ਆ ਠੀਕ ਆ। ਤੇ ਦੂਜਾ ਸੂਬਾ ਇਹਦੇ ਲੰਡੂੜ ਚੰਗੇ ਆ, ਇਹ ਵੀ ਬਣੂ ਚੰਗੀ, ਇਹ ਵੀ ਲਓ ਵੀ, ਫਿਰ ਬੰਨੀ ਵੀ ਸਾਰੀ ਬੈਕ ਸਾਈਡ ਹੀ ਹੈ, ਠੀਕ ਆ ਠੀਕ ਆ, ਦਿਖਾਈਏ ਵੀ, ਖੋਲ ਦਿਓ ਜੀ, ਖੋਲ ਜੀ, ਤੋ ਕੁੜੇ ਖਿੱਚੇ ਨੇ ਬਿਲਕੁਲ,
ਹਫ਼ਤੇ ਦੇ ਦੌਰਾਨ ਮਤਲਬ ਕਿ ਬੰਨਣਾ ਸ਼ੁਰੂ ਹੋ ਗਈ ਹੁਣ, ਹਫ਼ਤੇ ਦੇ ਦੌਰਾਨ ਇਹਨੇ ਪੂਰਾ ਹੋਏਗਾ। ਅਤੇ ਆਹ ਵੀ ਜਿਹੜੀ ਦੋਸਤੋ ਵੈਡ ਤੁਸੀਂ ਵੇਖ ਸਕਦੇ ਹੋ, ਲਾਸਟ ਐਂਡ ਫਾਈਨਲ 'ਤੇ ਬਾਈ ਰਾਜਪਾਲ ਸਿੰਘ ਹੋਰਾਂ ਦੇ ਕੋਲ ਇਹ ਵੈਡ ਵਿਕਾਊਗਾ, ਠੀਕ ਆ। ਅਤੇ ਬਾਕੀ ਕਰੋਸ ਅੰਗ ਦੇ ਵਿੱਚ ਆ, ਜਿਵੇਂ ਆਪਾਂ ਦੇਸੀ ਪਣ ਦੇ ਵਿੱਚ ਥੋੜ੍ਹਾ ਜਿਹਾ ਲੈ ਲੈਂਦੇ ਨਾ ਵੀ ਦੇਸੀ ਸ਼ਬਦ ਲੈਣੇ ਨੇ, ਵੀ ਉਸ ਕਰੋਸ ਅੰਗ ਦੇ ਵਿੱਚ ਆ ਪਸ਼ੂ ਮਿਲਕਿੰਗ ਵਾਲੇ ਪਾਸਿਓਂ ਗੱਲ ਕਰੀਏ ਤਾਂ ਪਸ਼ੂ ਵਧੀਆ ਚੰਗਾ ਦੁੱਧ ਹੁੰਦਾ, ਬਿਲਕੁਲ ਚੰਗੀ ਫੈਟ ਵਾਲਾ। ਅਤੇ ਨੋਰਮਲੀ ਦੋਸਤੋ ਰੇਟ ਭਾਅ ਪੜਤਾ ਵੀ ਬਿਲਕੁਲ ਵਾਜਬ ਹੋਵੇਗਾ, ਤੁਸੀਂ ਇਹ ਵੈਡ ਵੀ ਖਰੀਦ ਸਕਦੇ ਹੋ। ਬਾਕੀ ਆਹ ਆਰਡਰ ਕੁਆਲਿਟੀ ਹੈ ਜੀ, ਠੀਕ ਆ। ਲੇਬਟੀ ਹਜੇ ਬਿਲਕੁਲ ਲਾਏ ਪਈ ਆ, ਅਤੇ ਵੀਰ ਦੱਸਦਾ ਵੀ ਪੰਜਾਂ ਛੇਆਂ ਦਿਨਾਂ ਦੇ ਦੌਰਾਨ ਪੂਰਾ ਲੇਵਾ ਬਣਾ ਕੇ ਤਿਆਰ ਕਰ ਲੂਗੀ। ਹੁਣ ਤਿਆਰੀ ਬਸ ਇਹ 2-4-5 ਦਿਨਾਂ 'ਚ ਪੂਰੀ ਕਰ ਲੈਣੀ ਇਹਨੇ। ਅੱਛਾ ਰਾਜਪਾਲ ਭਾਈ, ਫਿਰ ਇਹ ਗਿਫਟ ਕਿੰਨੇ 'ਚ ਦੇ ਦੇਣਾ? 32,000 'ਚ ਗਿਫਟ ਦੇ ਦਾਂਗੇ। 32,000 'ਚ? ਹਾਂਜੀ। ਲਓ ਬਈ, ਹੋਰ ਵੀ 1,000 ਛੱਡ ਦਾਂਗੇ ਬੱਲੇ ਵੀ, ਆਪਾਂ ਨਾਰਾਜ਼ ਨਹੀਂ ਕਰਨਾ ਕਿ ਕਿਸੇ ਨੂੰ। ਅੱਛਾ ਚਲੋ, ਹੁਣ ਆਵੇ ਭੈਣ ਭਰਾ ਕੋਈ ਲੈਣ ਦਾ ਚਾਹਵਾਨ ਹੋਵੇ, ਡੰਗਰ ਪਸੰਦ ਕਰੇ, ਛੇਤੀ ਕੀਤਿਆਂ ਮੋੜਦੇ ਨਹੀਂ ਆਪਾਂ ਕਿਸੇ ਨੂੰ। ਆਪਾਂ ਨੂੰ ਕੋਈ 500 ਯਾਰ ਦਿੰਦਾ ਹੋਵੇ ਖਰਚਾ ਕੱਢ ਕੇ, ਬਸ ਬਸ ਮੋੜਦੇ ਨਹੀਂ ਗੇ। ਇਹ ਨਹੀਂ ਗੇ ਆਪਾਂ ਕੋਈ 5,000-7,000 ਇੰਨਾ ਕਿਸੇ ਡੰਗਰ ਚੋਂ ਨਹੀਂ ਲਵਾਂਗੇ। ਬਿਲਕੁਲ ਬਿਲਕੁਲ ਬਿਲਕੁਲ। ਆਓ ਦੋਸਤੋ, ਨਾਲੇ ਬਿਲਕੁਲ ਬਾਰਡਰ ਨਜ਼ਦੀਕ ਹੈਗਾ ਖੇਮਕਰਨ ਏਰੀਆ, ਅਤੇ ਨਾਲੇ ਤੋਰਾ ਫੇਰਾ ਹੋ ਜੂਗਾ। ਜਿਹੜੇ ਵੀਰ ਨੇ ਕਿਸੇ ਨੇ ਮਾਲਵੇ ਵਾਲੇ ਪਾਸਿਓਂ, ਦੁਆਬੇ ਵਾਲੇ ਪਾਸਿਓਂ ਆਉਣਾ, ਅਤੇ ਨਾਲੇ ਤੋਰਾ ਫੇਰਾ ਕਰਕੇ ਜਾਇਓ, ਇੱਧਰਲਾ ਇਲਾਕਾ ਵੇਖ ਲਿਓ ਖੇਮਕਰਨ ਦਾ ਇਲਾਕਾ, ਠੀਕ ਹੈ ਜੀ। ਮਾਛੀ ਕੇ ਪਿੰਡ ਆ ਵੀਰ ਰਾਜਪਾਲ ਨਾਮ ਆ ਵੀਰ ਦਾ। ਅਤੇ ਰਾਜਪਾਲ ਭਾਈ ਆਪਣੇ ਨੰਬਰ ਜ਼ਰੂਰ ਦੱਸ ਦਈਏ ਜੀ। 87-280 ਹਾਂਜੀ 55-41, ਠੀਕ ਹੈ ਜੀ। ਇਹ ਨੰਬਰਾਂ 'ਤੇ ਦੋਸਤੋ ਤੁਸੀਂ ਸੰਪਰਕ ਕਰ ਸਕਦੇ ਜੇ। ਅਤੇ ਵਹਿਣਾ 'ਚ ਤੁਹਾਨੂੰ ਘੱਟੋ ਘੱਟ ਵੀ 5 ਨਾਗ ਦਿਖਾ ਤੇ, ਠੀਕ ਆ। ਇੱਕ ਪਹਿਲੇ ਨੰਬਰ 'ਤੇ ਤੁਹਾਨੂੰ ਵੱਡੀ ਟੈਂਕ ਵਰਗੀ ਜਿਹੜੀ ਆਪਾਂ ਦੋਸਤੋ ਇਹ ਵੈੜ ਦਿਖਾਈ ਸੀਗੀ, ਫੁੱਲ ਵੱਡੇ ਕਦਗਾਰ ਦੀ ਸੀ, ਚੰਗੇ ਮਿਲਕ ਰਿਕਾਰਡ ਵਾਲੀ ਆ। ਉੱਠਣਾ ਜੀ ਆਪਦੀ ਮਰਜ਼ੀ ਨਾਲ ਨੇ, ਹੈ ਜੀ। ਲੈ ਬਈ, ਆਕੜ ਤਾਂ ਕਰੂਗੀ ਅਗਲੀ ਦੇ, ਕੁਛ ਨਾ ਕੁਛ ਕੋਲੇ ਹੈਗਾ। ਹਾਂ ਲਓ ਬਈ, ਠੀਕ ਆ। ਅਤੇ ਪੂਰੇ ਆਪਾਂ ਕਹਿ ਦਈਏ ਨਾ ਜਿਹੜੀ ਦੋਸਤੋ ਵੀ ਸਿਰਾ ਚੀਜ਼ ਆ, ਠੀਕ ਆ। ਰੇਟ ਵੀ ਚੰਗਾ ਚੋਖਾ ਲੱਗ ਜਾਣਾ, ਪਰ ਕਿਸੇ ਵੀਰ ਖਾਸ ਸ਼ੌਂਕੀ ਵੀਰ ਨੇ ਜਿਹੜਾ ਹੱਥ ਪਾਉਣਾ, ਜਿਹਨੇ ਮਤਲਬ ਕਿ ਇਹ ਨਹੀਂ ਆਖਣਾ ਕਿ ਇਹਨੇ 3-4 ਗਾਈਂ ਲੈਣੀਆਂ ਨਾ, ਇੱਕ ਹੀ ਲੈ ਲੇ, ਇੱਕ ਲੈ ਲੇ। ਜਿਹੜਾ ਵੀਰ 3 ਗਾਈਂ ਲੈਣ ਦਾ ਚਾਹ ਵਾਣਿਆ ਨਾ, ਉਹ ਇੱਕ ਹੀ ਗਾਂ ਲੈ ਜੇ। ਬਿਲਕੁਲ ਬਿਲਕੁਲ, ਇੱਕ ਦੇ ਗੋਹਾ ਸੁੱਟੀ, ਇੱਕ ਦੇ ਪੱਠੇ ਪਾਵੇ, ਇੱਕ ਨੂੰ ਹੀ ਵੰਡ ਪਾਵੇ, ਠੀਕ ਆ ਠੀਕ ਆ। ਬੜਾ ਸੌਖਾ ਵਿਹਲਾ ਵਿਹਲਾ ਘਰ ਜਾਪੂ ਨਾਲੇ, ਬਸ ਦੁੱਧ ਦੀ ਨਹਿਰ ਨਾ, ਨਾਲੇ ਕੋਈ ਆਇਆ ਗਿਆ ਤੇ ਫਿਰ ਵੀ ਟੌਰ ਟੌਰ ਹੈ ਵੇਖੋ ਘਰੇ ਵੈਡ ਬੱਜੀ ਆ। ਬਿਲਕੁਲ ਬਿਲਕੁਲ, ਕਿਤੇ ਕਿਤੇ ਇਹੋ ਜਿਹਾ ਦਾਣਾ ਲੱਭਦਾ, ਕਿਤੇ ਰੋਜ਼ ਥੋੜੇ ਲੱਭਦੇ। ਭੈਣ ਭਰਾਵਾਂ ਨੇ ਚਾਹ ਵੀ ਇਹਦੇ ਕੋਲ ਹੀ ਪੈ ਕੇ ਪੀਣੀ ਇੱਥੇ। ਹਾਂਜੀ ਹਾਂਜੀ ਹਾਂਜੀ, ਹੈਨਾ। ਵੇਖ ਵੇਖ ਨਹੀਂ ਥੱਕਣਾ ਗਾ, ਕਿਉਂਕਿ ਦੋਸਤੋ ਸਿਫਤ ਜਿਹੜੀ ਆ, ਬਹੁਤ ਵੀਰ ਕਹਿੰਦੇ ਵੀਰ ਜੀ ਤੁਸੀਂ ਸਿਫਤ ਜ਼ਿਆਦਾ ਹੀ ਕਰ ਦਿੰਦੇ ਹੋ ਪਸ਼ੂ ਦੀ। ਦੋਸਤੋ ਇਹ ਬੇਜਵਾਨੇ ਨੇ, ਸਿਫਤ ਕੋਈ ਵੇਚਣ ਕਰਕੇ ਨਹੀਂ ਇਹਨਾਂ ਦੀ ਕੀਤੀ ਜਾਂਦੀ ਗੀ, ਕੁਛ ਨਾ ਕੁਛ ਇਹਨਾਂ ਦੇ ਕੋਲ ਜਿਹੜੀ ਆ ਰੱਬ ਨੇ ਗੁਣ ਦਿੱਤੇ ਹੈਗੇ ਆ, ਠੀਕ ਆ। ਆਹ ਵੇਖੋ, ਠੀਕ ਆ। ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।